हेलो जी, सत श्री अकाल जी। बाबा पंजाबी रसोई तुहाडा बहुत बहुत स्वागत है जी। फ्रेंड्स, अज असीं बनाए आ फ्रैश कोकोनट कोफ्ता करी। तो ये जिहड़ी कोफ्ता कढ़ी है बहुत ज़्यादा टेस्टी बनती ने। तो बिल्कुल असीं जिहड़ा ताज़ा नारियल, जिहड़ा पानी वाला नारियल हुंदा ना, उहदे तों असीं ये वाले कोफ्ते बना के तैयार किए ने। तो चलो जी, फिर शुरू करते हैं। सब तो पहला देखो, मैं बाउल ले लिया। तो बाउल दे विच मैं नारियल जिहड़ा आ पा लिया। पानी वाला नारियल है, इहनूं मैं चंगी तरह कद्दूकस कर लिया। तुसी मिक्सर ग्राइंडर दे विच पा के ते इनू पीस भी सकते हो। तो हुण मैं इहदे विच पावांगी प्याज। प्याज नूं मैं चंगी तरह ग्राइंड कर लिया। एक प्याज लिया मैं वड्डे साइज़ दा। तो हुण मैं इहदे विच पावांगी नमक। नमक असीं थोड़ा ही पावांगे। तो थोड़ा जिहा मैं इहदे विच जीरा पाया। गर्म मसाला पाया मैं अद्धा चम्मच। तो अद्धी कौली दे करीब मैं इहदे विच बेसन पावांगी। बेसन पा के चंगी तरह असीं मिक्स करांगे इहनूं। तो एक डो वांगू असीं इहदा जिहड़ा डो है असीं तैयार कर लेना है। पानी पाउण दी इहदे विच जरूरत नहीं है, क्योंकि नारियल दे विच ऑलरेडी पानी हुंदा आ। तो पानी दी जरूरत सानूं बिल्कुल नहीं पएगी। इह देखो जी, डो जिहड़ा है साडा बन के बिल्कुल तैयार आ। तो हुण असीं इहदे छोटे छोटे जिहड़े बॉल्स आ उह असीं बना लांगे। ये रेसिपी बहुत ही ज़्यादा वधिया बनी। मैं वैसे एक्सपेरिमेंट किया बट बहुत ज़्यादा वधिया बनी। बहुत यूनीक रेसिपी आ, इस करके मैं सोचा चलो मैं तुहाडे नाल शेयर कर दिंदी हाँ। लो जी, इस साइज़ के असी जिहड़े बाउल असी सारे जिहड़े बॉल ने बना लेने ने। ये देखो इस तरीके नाल। तो हुण चलो जी, असी इहनां नूं फ्राई करदे हाँ। तो फ्राई करन वास्ते देखो जी, मैं तेल लै लिया, कढ़ाई दे विच पा लिया। तेल हो गया गर्म। तो एक एक करके सारे जिहड़े बॉल्स आ असी पा लेने ने। तो बिल्कुल लो फ्लेम दे उत्ते असी इहनां नूं फ्राई करना है, तेज़ नहीं ज़्यादा फ्लेम करना। तो सारिआं नूं असी इसे तरीके नाल ही फ्राई कर लेंगे। यह देखो जी, गोल्डन ब्राउन कलर आना जिहड़ा शुरू हो गया। तो फ्राई हो रहे ने, थोड़े जिहे असी इहनूं होर थोड़ा जिहा सेक लवा लेंगे ताकि चंगी तरह अंदरों भी ये पक जाण। ਇਹ ਦੇਖੋ ਫਰੈਂਡਸ, ਦੇਖੋ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਕਲਰ ਇਹਦੇ ਉੱਤੇ ਆਇਆ। ਅਤੇ ਕੋਫਤੇ ਸਾਡੇ ਜਿਹੜੇ ਆ ਫਰਾਈ ਹੋ ਗਏ ਨੇ। ਅਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਸਾਰੇ ਕੋਫਤਿਆਂ ਨੂੰ। ਇਹ ਦੇਖੋ ਜੀ, ਸਾਰੇ ਅਸੀਂ ਬਾਹਰ ਕੱਢ ਲੈਣੇ ਨੇ। ਅਤੇ ਚਲੋ ਜੀ, ਹੁਣ ਅਸੀਂ ਇਹਨਾਂ ਨੂੰ ਲਾਉਂਦੇ ਹਾਂ ਤੜਕਾ। ਅਤੇ ਬਾਕੀ ਦੇ ਕੋਫਤੇ ਵੀ ਅਸੀਂ ਇਸੇ ਤਰੀਕੇ ਨਾਲ ਹੀ ਫਰਾਈ ਕਰ ਲਾਂਗੇ। ਅਤੇ ਕੜਾਹੀ ਦੇ ਵਿੱਚ ਪਾ ਲਿਆ ਜੀ ਮੈਂ ਤੇਲ। ਅਤੇ ਤੇਲ ਹੋ ਗਿਆ ਗਰਮ। ਅਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਜੀਰਾ। ਜੀਰਾ ਪਾ ਕੇ ਅਤੇ ਦੋ ਪਿਆਜ ਲਏ ਸੀਗੇ ਮੈਂ, ਉਹਨਾਂ ਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਚੰਗੇ ਤਰੀਕੇ ਨਾਲ ਮੈਂ ਪੀਸ ਲਿਆ। ਅਤੇ ਪਿਆਜ ਨੂੰ ਵੀ ਅਸੀਂ ਪਾ ਦਾਂਗੇ। ਪਾ ਕੇ ਅਤੇ ਥੋੜ੍ਹਾ ਜਿਹਾ ਅਸੀਂ ਪਿਆਜ ਨੂੰ ਭੁੰਨਾਂਗੇ। ਜ਼ਿਆਦਾ ਨਹੀਂ ਇਹਨਾਂ ਨੂੰ ਕਾਲੇ ਕਰਨਾ, ਥੋੜ੍ਹਾ ਨੋਰਮਲ ਜਿਹਾ ਹੀ। ਬਸ ਇਹਦਾ ਕਲਰ ਹੀ ਥੋੜ੍ਹਾ ਜਿਹਾ ਚੇਂਜ ਕਰਾਂਗੇ ਅਸੀਂ। ਅਤੇ ਹੁਣ ਫਰੈਂਡਸ, ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਅਦਰਕ ਲਸਣ ਦਾ ਪੇਸਟ। ਤੁਸੀਂ ਫਰੈਸ਼ ਅਦਰਕ ਵੀ ਲੈ ਸਕਦੇ ਹੋ ਅਦਰਕ ਲਸਣ। ਮੇਰੇ ਕੋਲ ਪੇਸਟ ਸੀਗਾ, ਮੈਂ ਪੇਸਟ ਹੀ ਯੂਜ਼ ਕਰ ਰਹੀ ਹਾਂ। ਅਤੇ ਚੰਗੀ ਤਰ੍ਹਾਂ ਅਸੀਂ ਇਹਨੂੰ ਮਿਕਸ ਕਰਾਂਗੇ। ਮਿਕਸ ਕਰਕੇ ਅਤੇ ਹੁਣ ਦੇਖੋ ਜੀ, ਕਲਰ ਇਹਦਾ ਚੇਂਜ ਹੋ ਗਿਆ। ਅਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਟਮਾਟਰ। ਤਿੰਨ ਟਮਾਟਰ ਸੀਗੇ, ਇਹਨਾਂ ਨੂੰ ਵੀ ਮੈਂ ਚੰਗੇ ਤਰੀਕੇ ਨਾਲ ਗ੍ਰਾਇੰਡ ਕਰ ਲਿਆ ਸੀਗਾ। ਅਤੇ ਪਾ ਕੇ ਅਤੇ ਮਿਕਸ ਕਰਾਂਗੇ। ਥੋੜ੍ਹਾ ਜਿਹਾ ਅਸੀਂ ਇਹਨੂੰ ਭੁੰਨਾਂਗੇ। ਆਹ ਦੇਖੋ ਜੀ, ਥੋੜ੍ਹਾ ਜਿਹਾ ਅਸੀਂ ਇਹਨੂੰ 2 ਮਿੰਟ ਭੁੰਨਿਆ। ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੁੱਟੀ ਹੋਈ ਲਾਲ ਮਿਰਚ। ਅੱਧਾ ਕੁ ਚਮਚ ਮੈਂ ਇਹਦੇ ਵਿੱਚ ਹਲਦੀ ਦਾ ਪਾਇਆ। ਥੋੜ੍ਹੀ ਜਿਹੀ ਮੈਂ ਇਹਦੇ ਵਿੱਚ ਦੇਗੀ ਮਿਰਚ ਪਾਈ ਆ ਕਲਰ ਵਾਸਤੇ। ਨਮਕ ਪਾਇਆ ਅਸੀਂ ਟੇਸਟ ਦੇ ਅਕੋਰਡਿੰਗ। ਥੋੜ੍ਹਾ ਜਿਹਾ ਮੈਂ ਪਾਇਆ ਜੀ ਧਨੀਏ ਦਾ ਪਾਊਡਰ। ਅਤੇ ਥੋੜ੍ਹਾ ਜਿਹਾ ਜੀਰੇ ਦਾ ਪਾਊਡਰ ਪਾਇਆ, ਭੁੰਨੇ ਹੋਏ ਜੀਰੇ ਦਾ ਪਾਊਡਰ। ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਇਹਦਾ ਫਲੇਵਰ ਹੈ ਇਸ ਸਬਜ਼ੀ ਦੇ ਵਿੱਚ ਆਉਂਦਾ। ਅਤੇ ਹੁਣ ਅਸੀਂ ਇਹਨੂੰ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਇਹ ਦੇਖੋ ਜੀ, ਥੋੜ੍ਹਾ ਜਿਹਾ ਮੈਂ ਇਹਦੇ ਵਿੱਚ ਪਾਣੀ ਪਾਵਾਂਗੀ ਤਾਂ ਕਿ ਜਿਹੜੇ ਮਸਾਲੇ ਆ ਚੰਗੇ ਤਰੀਕੇ ਨਾਲ ਆਪਸ ਵਿੱਚ ਮਿਲ ਜਾਣ। ਇਹ ਦੇਖੋ ਜੀ, ਪਾਣੀ ਪਾ ਕੇ 2-3 ਮਿੰਟ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਜਿਹੜਾ ਮਸਾਲਾ ਆਪਣਾ ਤੇਲ ਛੱਡਦੇ ਆ। ਦੇਖੋ ਜੀ, ਮਸਾਲੇ ਨੇ ਤੇਲ ਛੱਡ ਦਿੱਤਾ। ਅਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਪਾਣੀ। ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ, ਜਿੰਨੀ ਕੁ ਗ੍ਰੇਵੀ ਤੁਹਾਨੂੰ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਪਾਣੀ ਜਿਹੜਾ ਇਹਦੇ ਵਿੱਚ ਪਾ ਲੈਣਾ ਹੈ। ਪਾਣੀ ਪਾ ਕੇ ਚੰਗੇ ਤਰੀਕੇ ਨਾਲ ਅਸੀਂ ਇਹਨੂੰ ਮਿਕਸ ਕਰਾਂਗੇ। ਮਿਕਸ ਕਰਕੇ ਅਤੇ ਅਸੀਂ ਇਹਨੂੰ 3-4 ਮਿੰਟ ਚੰਗੀ ਤਰ੍ਹਾਂ ਰਿੰਨਾਂਗੇ। ਇਹ ਦੇਖੋ ਜੀ, 3-4 ਮਿੰਟ ਹੋ ਗਏ ਨੇ ਰਿੱਝਦੇ ਨੂੰ। ਗ੍ਰੇਵੀ ਸਾਡੀ ਬਣ ਕੇ ਬਿਲਕੁਲ ਤਿਆਰ ਆ। ਅਤੇ ਹੁਣ ਮੈਂ ਇਹਦੇ ਵਿੱਚ ਜਿਹੜੇ ਅਸੀਂ ਕੋਫਤੇ ਫਰਾਈ ਕੀਤੇ ਨੇ, ਕੋਫਤਿਆਂ ਨੂੰ ਇਹਦੇ ਵਿੱਚ ਪਾਵਾਂਗੀ।
ਪਾ ਕੇ 2 ਤੋਂ 3 ਮਿੰਟ ਅਸੀਂ ਹੁਣ ਇਹਨਾਂ ਨੂੰ ਢੱਕ ਕੇ ਪਕਾਉਣਾ ਹੈ ਲੋਅ ਫਲੇਮ ਦੇ ਉੱਤੇ, ਤਾਂ ਕਿ ਜਿਹੜੇ ਕੋਫਤੇ ਨੇ ਉਹਨਾਂ ਵਿੱਚ ਚੰਗੀ ਤਰ੍ਹਾਂ ਜਿਹੜੀ ਗ੍ਰੇਵੀ ਆ ਉਹ ਰਚ ਮਿਚ ਜਾਵੇ। ਢੱਕ ਕੇ ਅਸੀਂ ਇਹਨੂੰ ਪਕਾਵਾਂਗੇ ਹੁਣ 3 ਤੋਂ 4 ਮਿੰਟ। ਇਹ ਦੇਖੋ ਜੀ ਪੂਰੇ 5 ਮਿੰਟ ਹੋ ਗਏ ਨੇ ਅਤੇ ਬਿਲਕੁਲ ਲੋਅ ਫਲੇਮ ਦੇ ਉੱਤੇ ਮੈਂ ਇਹਨੂੰ ਬਣਾਇਆ। ਅਤੇ ਕੋਕੋਨਟ ਜਿਹੜੇ ਕੋਫਤੇ ਨੇ ਸਾਡੇ ਉਹ ਬਿਲਕੁਲ ਬਣ ਕੇ ਤਿਆਰ ਨੇ। ਹੁਣ ਮੈਂ ਇਹਦੇ ਵਿੱਚ ਪਾਵਾਂਗੀ ਕੱਟਿਆ ਹੋਇਆ ਹਰਾ ਧਨੀਆ, ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਜਿਹੜਾ ਧਨੀਏ ਦਾ ਆਉਂਦਾ ਹੈ। ਅਤੇ ਬਹੁਤ ਹੀ ਵਧੀਆ ਸਾਡੀ ਜਿਹੜੀ ਸਬਜ਼ੀ ਆ ਉਹ ਬਣ ਕੇ ਤਿਆਰ ਹੋਈ ਆ ਜੀ, ਫਰੈਸ਼ ਕੋਕੋਨਟ ਕੋਫਤਾ ਕਰੀ। ਅਤੇ ਤੁਸੀਂ ਵੀ ਆਪਣੇ ਘਰ 'ਚ ਬਣਾ ਕੇ ਜ਼ਰੂਰ ਟਰਾਈ ਕਰਿਓ ਜੀ। ਬਹੁਤ ਹੀ ਸਿੰਪਲ ਤਰੀਕੇ ਨਾਲ ਅਸੀਂ ਬਣਾਈ ਆ, ਪਰ ਇਹ ਆ ਕਿ ਬਹੁਤ ਜ਼ਿਆਦਾ ਟੇਸਟੀ ਬਣੀ ਆ। ਪਲੀਜ਼ ਫਰੈਂਡਸ, ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਪਲੀਜ਼ ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਜੀ। ਥੈਂਕ ਯੂ।